ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸਨੇ ਕਿ ਪਹਿਲਾਂ ਤਾਂ ਦਰਖਤ ਦੇ ਵਿੱਚ ਟੱਕਰ ਮਾਰੀ ਅਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਪਾਰਕਿੰਗ 'ਚ ਖੜ੍ਹੇ ਕਈ ਬਾਈਕਾਂ ਨੂੰ ਕੁਚਲ ਕੇ ਰੱਖ ਦਿੱਤਾ। ਗਨੀਮਤ ਰਹੀ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਕਿਉਂਕਿ ਟਾਟਾ ਦੀ ਏਜੰਸੀ ਕੋਲ ਸੀ ਅਤੇ ਪਾਰਕਿੰਗ ਦੇ ਵਿੱਚ ਇਹ ਵਾਹਨ ਖੜ੍ਹੇ ਸੀ, ਜਿਸ ਨੂੰ ਕਿ ਸਵਿਫਟ ਕਾਰ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਦਰੜ ਦਿੱਤਾ ਗਿਆ। ਹਾਲਾਂਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਮੌਕੇ ਦੇ ਉੱਤੇ ਲੋਕ ਪਹੁੰਚੇ ਤਾਂ ਕਾਰ ਸਵਾਰ ਨੂੰ ਜਦੋਂ ਕਾਰ 'ਚੋਂ ਬਾਹਰ ਕੱਢਿਆ ਗਿਆ ਤਾਂ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ ਅਤੇ ਉਸਦੇ ਨਾਲ ਦੇ ਮੁੰਡੇ ਦੇ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਜੇਕਰ ਕੋਈ ਬੋਲਿਆ ਤਾਂ ਉਸਨੂੰ ਇੱਥੇ ਹੀ ਠੋਕ ਦਿੱਤਾ ਜਾਵੇਗਾ। ਤਾਂ ਦੱਸ ਦਈਏ ਕਿ ਇੱਕ ਪਾਸੇ ਤਾਂ ਉਹਨਾਂ ਦੇ ਵੱਲੋਂ ਗੱਡੀ ਜੋ ਹੈ ਕਾਫੀ ਜ਼ਿਆਦਾ ਰਫ਼ਤਾਰ 'ਤੇ ਚਲਾਈ ਜਾ ਰਹੀ ਸੀ, ਦੂਜੇ ਪਾਸੇ ਲੋਕਾਂ ਦੇ ਵਾਹਨ ਵੀ ਭੰਨ ਦਿੱਤੇ ਅਤੇ ਫਿਰ ਜਦੋਂ ਲੋਕਾਂ ਨੇ ਉਹਨਾਂ ਨੂੰ ਕਾਬੂ ਕੀਤਾ ਤਾਂ ਉਸ ਤੋਂ ਬਾਅਦ ਉਹ ਧਮਕੀਆਂ ਦਿੰਦੇ ਨਜ਼ਰ ਆਏ ਨੇ। ਤਾਂ ਦੱਸ ਦਈਏ ਕਿ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਅਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਤਾਂ ਤਸਵੀਰਾਂ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਾਰ ਦੀ ਰਫ਼ਤਾਰ ਕਿੰਨੀ ਜ਼ਿਆਦਾ ਤੇਜ਼ ਹੋਣੀ। ਪਹਿਲਾਂ ਤਾਂ ਇੱਕ ਦਰਖਤ ਦੇ ਵਿੱਚ ਟਕਰਾਉਂਦੀ ਹੈ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਪਾਰਕਿੰਗ 'ਚ ਖੜ੍ਹੇ ਵਾਹਨਾਂ ਨੂੰ ਕੁਚਲ ਕੇ ਰੱਖ ਦਿੰਦੀ ਹੈ। ਤਾਂ ਦੱਸ ਦਈਏ ਕਿ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਇਹ ਹਾਦਸਾ ਵਾਪਰਿਆ। ਸਰ ਗੱਲਬਾਤ ਹੋਈ ਹੈ ਕਿ 6:28 ਦਾ ਟਾਈਮ ਸੀ, ਜਸਟ ਅਸੀਂ ਸਾਨੂੰ ਛੁੱਟੀ ਹੋਣ ਲੱਗੀ ਸੀ ਤਾਂ ਅਸੀਂ ਬਾਈਕ ਲੈਣ ਆਉਣ ਲੱਗੇ ਸੀ ਅਤੇ ਜਸਟ ਸਰ ਨੋਵਲਟੀ ਟਾਟਾ ਗੁਰਦਾਸਪੁਰ ਤੋਂ ਬੋਲ ਰਿਹਾ, ਮੈਂ ਟਾਟਾ ਏਜੰਸੀ ਤੋਂ ਗੱਲ ਕਰ ਰਿਹਾ। ਮੈਂ ਉੱਧਰੋਂ ਬੰਦਾ 120-130 ਦੀ ਸਪੀਡ 'ਤੇ ਸੀ ਬੰਦਾ, ਅਤੇ ਉਹਨੇ ਕਹਿੰਦਾ ਕਿ ਮੈਂ ਲੈਫਟ ਨੂੰ ਟਰਨ ਕਰਨਾ ਸੀ ਅਤੇ ਕਹਿੰਦਾ ਮੇਰੇ ਕੋਲ ਗਲਤੀ ਨਾਲ ਇੱਦਾਂ ਐਕਸੀਡੈਂਟ ਹੋ ਗਿਆ। ਅਸੀਂ ਜਦੋਂ ਸਰਚ ਕੀਤਾ ਕਿ ਇਹਨੇ ਨਸ਼ਾ ਕੀਤਾ ਹੋਇਆ ਸੀ, ਡਰਿੰਕ ਵਗੈਰਾ ਪਤਾ ਨਹੀਂ ਕੀ ਖਾਧਾ, ਚਿੱਟਾ ਵਗੈਰਾ ਪੀਤਾ ਹੋਇਆ ਸੀ। ਠੀਕ ਹੈ ਸਰ, ਸਾਨੂੰ ਛੁੱਟੀ ਹੋਣ ਲੱਗੀ ਸੀ, 4-5 ਬੰਦੇ ਜਿੰਨੇ ਵੀ ਸਾਡੇ ਸੇਲਸਮੈਨ ਆ ਜਾਂ ਸਟਾਫ ਹੈ ਸਾਰਾ ਇੱਥੇ ਆਉਣ ਲੱਗਾ ਸੀ। ਜੇ ਬਾਈ ਚਾਂਸ ਸਾਰੇ ਇੱਥੇ ਆ ਜਾਂਦੇ, ਗੱਡੀ ਉੱਪਰ ਚੜ੍ਹ ਜਾਂਦੀ, ਕੌਣ ਜ਼ਿੰਮੇਵਾਰ ਸੀ ਦੱਸੋ। ਚਲੋ ਜਾਨੀ ਨੁਕਸਾਨ ਨਹੀਂ ਹੋਇਆ ਸਾਰਾ, ਮਤਲਬ ਕਿ ਜੋ ਵੀ ਨੁਕਸਾਨ ਹੋਇਆ ਬਾਈਕਸ ਵਗੈਰਾ ਸਕੂਟੀ ਵਗੈਰਾ ਜੋ ਵੀ ਹੋਇਆ ਉਹ ਸਾਨੂੰ ਭਰ ਦਿੱਤਾ ਜਾਵੇ, ਅਸੀਂ ਇਹ ਮੰਗ ਕਰਦੇ ਹਾਂ। ਉਸ ਲੈ ਗਈ ਆ ਜਿਹੜਾ ਵੀ ਜ਼ਿੰਮੇਵਾਰ ਆ ਗੱਡੀ ਵਾਲਾ, ਉਹਨੂੰ ਲੈ ਗਏ ਆ ਥਾਣੇ ਚੁੱਕ ਕੇ, ਬਸ ਅਸੀਂ ਥੱਲੇ ਥਾਣੇ ਚੱਲੇ। ਧਮਕੀ ਦਿੱਤੀ ਗਈ ਆ ਨੂੰ, ਇਹਦੇ ਨਾਲ ਦੇ ਜਿਹੜੇ ਸਾਥੀ ਸੀ ਬੰਦੇ ਉਹ ਕਹਿ ਰਹੇ ਕਿ ਕੱਟਾ ਕੱਢੋ ਅਸੀਂ ਤੁਹਾਨੂੰ ਗੋਲੀ ਮਾਰ ਦੇਣੀ ਆ। ਇਹ ਕਿੱਦਾਂ ਦੀ ਧਮਕੀ ਦਿੱਤੀ ਜਾ ਰਹੀ ਹੈ? ਅਸੀਂ ਕਹਿੰਦੇ ਕਿ ਕਾਰਵਾਈ ਕੀਤੀ ਜਾਏ, ਸਖ਼ਤ ਤੋਂ ਸਖ਼ਤ ਕਾਰਵਾਈ ਇਹਦੇ ਸਾਥੀਆਂ 'ਤੇ ਵੀ ਕੀਤੀ ਜਾਏ, ਇਹ ਬੰਦੇ 'ਤੇ ਵੀ ਕੀਤੀ ਜਾਏ। ਭਾਅ ਜੀ ਮੇਰਾ ਨਾਮ ਦੀਪਕ ਆ, ਮੈਂ ਇੱਥੇ ਐਜ਼ ਏ ਡਰਾਈਵਰ ਜੋਬ ਕਰਦਾ ਟਾਟਾ ਮੋਟਰ ਦੇ ਵਿੱਚ, ਅਤੇ ਭਾਅ ਜੀ ਆਪਣੇ ਸਤਨਾਮ ਸਕਿਉਰਟੀ ਗਾਰਡ ਆ ਇੱਥੇ ਆਪਣੇ, ਅਤੇ 120 ਦੀ ਸਪੀਡ 'ਤੇ ਗੱਡੀ ਆਈ ਆ ਮੋਟਰਸਾਈਕਲਾਂ ਦੇ ਉੱਤੇ, ਨਾਲ ਆ ਬਸ ਉਹ ਦਰਖਤ ਵੀ ਵੇਖੋ ਕੀ ਹਾਲ ਕੀਤਾ, ਦਰਖਤਾਂ ਦੇ ਉੱਤੇ ਚਾੜ੍ਹਤੀ ਆ, ਅਤੇ ਅੱਗੋਂ ਕਹਿੰਦਾ ਗਲਤੀ ਕੀ ਆ ਮੇਰੀ, ਡਰਿੰਕ ਕੀਤੀ ਇਹਨੇ। 5 ਮੋਟਰਸਾਈਕਲ ਜੇ 2 ਵੱਡੇ ਮੈਨੇਜਰਾਂ ਦੇ, ਕੁਲਜੀਤ ਸਰ ਮੈਨੇਜਰ ਇੱਥੇ, ਰਘਵੀਰ ਸਰ ਆ ਸੇਲ ਐਗਜ਼ੈਕਟਿਵ, ਪੂਰੀ ਡੈਮੇਜ ਹੋਈ ਸਰ, ਤੁਹਾਡੇ ਸਾਹਮਣੇ ਆਈ ਆ ਵੇਖੋ। ਸਰ ਮੁਲਾਜ਼ਮਾਂ ਨੂੰ ਫੋਨ ਕੀਤਾ, 112 ਨੰਬਰ ਡਾਇਲ ਕੀਤਾ ਸੀ, ਸਰ ਹੁਣੀ ਆਏ ਆ ਅਤੇ ਕਹਿੰਦੇ ਕਿ ਸਦਰ ਥਾਣੇ ਉਹਨੂੰ ਬਿਠਾ ਕੇ ਲੈ ਕੇ ਗੱਡੀ ਦੇ ਵਿੱਚ ਅਗਲੀ ਕਾਰਵਾਈ ਕਰਾਂਗੇ, ਉੱਥੇ ਥਾਣੇ ਆ ਜਾਓ ਗੱਲ ਕਰਦੇ ਹਾਂ। ਇੱਥੇ ਮਾਮਲਾ ਜੀ, ਸਾਨੂੰ ਇੱਕ ਕੰਟਰੋਲ ਰੂਮ ਤੋਂ ਵਾਇਰਲੈਸ ਆਈ ਆ, ਕਹਿੰਦੇ ਵੀ ਬੱਬਰੀ ਪੁਲ ਦੇ ਨੇੜੇ ਐਕਸੀਡੈਂਟ ਹੋਇਆ, ਅਸੀਂ 5-7 ਮਿੰਟਾਂ 'ਚ ਇੱਥੇ ਉੱਪੜ ਗਏ। ਇਹ ਨਹੀਂ ਪਤਾ ਵੀ ਗੱਡੀ ਨਾ ਚੜ੍ਹ ਗਈ ਆਪਣੇ ਮੋਟਰਸਾਈਕਲਾਂ ਦੇ ਉੱਤੇ। ਹਾਂਜੀ ਆਪਣੇ ਡਰਾਈਵਰ ਸਿਮਰ ਜੰਗਲ ਤੋਂ ਕਹਿੰਦੇ ਪਏ ਕਿ ਇੱਕੇ ਦਮ ਜ਼ਿਆਦਾ ਸਪੀਡ ਹੋਣ ਕਰਕੇ ਗੱਡੀ ਚੰਗੀ ਤਰ੍ਹਾਂ ਮੁੜੀ ਨਹੀਂ ਅਤੇ ਮੋਟਰਸਾਈਕਲ ਦੇਖੇ ਨਹੀਂ ਉੱਤੇ ਚੜ੍ਹਾ ਤਾ। ਚਾਰਾਂ ਮੋਟਰਾਂ ਸਾਈਕਲਾਂ ਦਾ ਨੁਕਸਾਨ ਕਰਤਾ, ਅਗਲੀ ਕਾਰਵਾਈ ਕਰਦੇ ਆ।